ਹਾਂਜੀ ਵੈਲਕਮ ਟੂ ਆਲ ਆਫ ði ਸੁਆਗਤ ਏ ਤੁਹਾਡੇ ਆਪਣੇ ਚੈਨਲ ਦੇ ਵਿੱਚ ਅ ਇੱਕ ਵਾਰ ਫਿਰ ਤੋਂ ਜਿਹੜੀ ਡਿਪਾਰਟਮੈਂਟ ਵੱਲੋਂ ਖੁਸ਼ਖਬਰੀ ਦਿੱਤੀ ਗਿਆ ਪੋਰਟਲ ਨੂੰ ਓਪਨ ਕਰ ਦਿੱਤਾ ਗਿਆ ਕਿੰਨਾਂ ਲਈ ਪੋਰਟਲ ਨੂੰ ਓਪਨ ਕੀਤਾ ਗਿਆ ਅਫੀਸ਼ੀਅਲ ਵੈਬਸਾਈਟ ਤੇ ਤੁਹਾਨੂੰ ਲੈ ਚਲਾਂਗੇ ਠੀਕ ਹੈ ਇਹ ਸਿਰਫ ਕੱਲ ਤੱਕ ਹੀ ਓਪਨ ਕੀਤਾ ਗਿਆ 7 ਤਰੀਕ ਤੱਕ ਤੇ ਉਸ ਦੀ ਵੀ ਗੱਲ ਕਰ ਲਈਏ ਨਾਲ ਦੇ ਨਾਲ ਜਿਹੜਾ ਤੁਹਾਨੂੰ ਪਤਾ ਆਪਣਾ ਆਫਰ ਚੱਲ ਰਿਹਾ ਵੀ ਤੁਹਾਨੂੰ 30% ਦਾ ਆਫਰ ਦੇ ਚੁੱਕੇ ਆਪਾਂ ਉਸ ਦੀ ਵੀ ਗੱਲ ਕਰਾਂਗੇ ਆਫਰ ਦੇ ਵਿੱਚ ਤੁਸੀਂ ਕਿਵੇਂ ਕੂਪਨ ਯੂਜ਼ ਕਰਨਾ ਹੈ ਅਫੀਸ਼ੀਅਲ ਵੈਬਸਾਈਟ ਤੁਹਾਡੇ ਸਾਹਮਣੇ ਹੈਗੀ ਆ ਅਲਰੇਡੀ ਹੀ ਅਫੀਸ਼ੀਅਲ ਵੈਬਸਾਈਟ ਤੇ ਤੁਹਾਨੂੰ ਪਤਾ ਦੇਖੋ ਵੀ ਕਰੈਕਸ਼ਨ ਪੋਰਟਲ ਓਪਨ ਹੈ ਵੀ ਕਰੈਕਸ਼ਨ ਮਾਲ ਸਮਝ ਗਈ 5 ਤਰੀਕ ਤੋਂ ਲੈ ਕੇ 8 ਤਰੀਕ ਤੱਕ ਕੀ ਕਰ ਸਕਦੇ ਹੋ ਤੁਸੀਂ ਆਪਣੀ ਕਰੈਕਸ਼ਨ ਕਰ ਸਕਦੇ ਹੋ ਕਰੈਕਸ਼ਨ ਉਹਨਾਂ ਚੀਜ਼ਾਂ 'ਚ ਕਰ ਸਕਦੇ ਹੋ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਣੀ ਕੈਟਾਗਰੀ ਨਹੀਂ ਚੇਂਜ ਕਰ ਸਕਦੇ ਜੇ ਤੁਸੀਂ ਪੇਪਰ 1 ਜਾਂ ਪੇਪਰ 2 ਭਰਤਾ ਉਹ ਨਹੀਂ ਚੇਂਜ ਚੇਂਜ ਹੋ ਸਕਦਾ ਠੀਕ ਹੈ ਬਾਕੀ ਚੀਜ਼ਾਂ ਤੁਹਾਡੀਆਂ ਚੇਂਜ ਹੋਣੀ ਤੁਹਾਡਾ ਮੋਬਾਈਲ ਨੰਬਰ ਨਹੀਂ ਚੇਂਜ ਹੋ ਸਕਦਾ ਤਿੰਨ ਚੀਜ਼ਾਂ ਤੁਹਾਡੀਆਂ ਚੇਂਜ ਨਹੀਂ ਹੋ ਸਕਦੀਆਂ ਬਾਕੀ ਚੀਜ਼ਾਂ ਤੁਸੀਂ ਚੇਂਜ ਕਰ ਸਕਦੇ ਹੋ ਚਲੋ ਤੇ ਇੱਕ ਇੱਥੇ ਹੋਰ ਬਹੁਤ ਇੰਪੋਰਟੈਂਟ ਚੀਜ਼ ਆ ਹੁਣ ਜਿਹੜਾ ਇੱਥੇ ਆ ਰਹੀ ਆ ਦੇਖੋ ਜੀ ਤੁਹਾਡੇ ਸਾਹਮਣੇ ਇੱਕ ਸਪੈਸ਼ਲ ਨੇ ਰੈੱਡ ਹਾਈਲਾਈਟ ਕਰ ਦਿੱਤਾ ਕਿ ਜਿੰਨਾ ਪਰ ਖਿਆਰਤਿਆਂ ਦੀ ਪੀਐਸਟੈਟ 2024 ਦੀ ਰਜਿਸਟ੍ਰੇਸ਼ਨ ਮੁਕੰਮਲ ਹੋ ਚੁੱਕੀ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਦੱਸਣੀ ਹੈ ਦੱਸਣੀ ਹੈ ਤੇ ਨਾਲ ਨਾਲ ਤੁਹਾਨੂੰ 30% ਦਾ ਆਫਰ ਜਿਹੜਾ ਚੱਲ ਰਿਹਾ 쿠ਪਨ ਕਿਵੇਂ ਯੂਜ਼ ਕਰਨਾ ਕਿਸੇ ਵੀ ਕੋਰਸ ਤੇ ਐਸਐਸਟੀ ਵਾਲਿਓ ਮਾਸਟਰ ਐਸਐਸਟੀ ਪੰਜਾਬੀ ਜਿਹੜੇ ਹਿੰਦੀ ਵਾਲਿਓ ਇੰਗਲਿਸ਼ ਵਾਲਿਓ ਸਾਰਾ ਕੁਝ ਉਹ ਵੀ ਤੁਹਾਨੂੰ ਦੱਸਾਂਗੇ ਵੀ ਐਨ ਤੱਕ ਵੀਡੀਓ ਦੇ ਬਣੇ ਰਹੋ ਬਹੁਤ ਇੰਪੋਰਟੈਂਟ ਜਾਣਕਾਰੀ ਇੱਕ ਵੀ ਚੀਜ਼ ਮਿਸ ਕਰਨ ਵਾਲੀ ਨਹੀਂ ਕਹਿੰਦੇ ਵੀ ਜਿੰਨਾ ਬਰਿਆਰਥੀਆਂ ਦੀ ਪੀਐਸਟੈਟ 2024 ਦੀ ਰਜਿਸਟ੍ਰੇਸ਼ਨ ਮੁਕੰਮਲ ਹੋ ਚੁੱਕੀ ਹੈ ਪਰ ਕਿਸੇ ਕਾਰਨ ਆਪਣੀ ਫੀਸ ਸਬਮਿਟ ਨਹੀਂ ਕਰ ਸਕੇ ਕੇਵਲ ਉਹਨਾਂ ਪ੍ਰਾਰਥੀਆਂ ਜਾਂ ਪ੍ਰਖਰਾਰਥੀਆਂ ਕਹ ਲਈਏ ਜਾਂ ਵਿਦਿਆਰਥੀਆਂ ਲਈ ਵੀ ਉਹਨਾਂ ਲਈ ਹੀ ਮੀਤੀ 7 11 2024 ਭਾਵ ਕੱਲ ਤੱਕ ਠੀਕ ਹੈ ਅੱਜ 6 ਹੈ ਨਾ ਕੱਲ ਤੱਕ ਹੀ ਰਾਤੀ 11 ਵਜੇ ਤੱਕ ਰਾਤੀ 11 ਵਜੇ ਤੱਕ ਵਾਦਾ ਕੀਤਾ ਹੈ ਤਾਂ ਕਿ ਜਿਹੜੇ ਪ੍ਰਖਿਆਰਥੀ ਹੈਗੇ ਆ ਸੋ ਆਪਣੀ ਫੀਸ ਪੋਰਟਰ ਆਹੀ ਸਬਮਿਟ ਕਰ ਸਕਣ ਗੱਲ ਮੇਨ ਇਥੇ ਹੈ ਵੀ ਪੂਰਾ ਫਾਰਮ ਓਪਨ ਨਹੀਂ ਹੋਇਆ ਇਹਨਾਂ ਨੇ ਗੱਲ ਲਿਖੀ ਹੈ ਸਿਰਫ ਜਿੰਨਾਂ ਦੀ ਫੀਸ ਰਹਿ ਗਈ ਫਾਰਮ ਬਹੁਤ ਸਾਰਿਆਂ ਨੇ ਭਰਤੇ ਹੋਣੇ ਠੀਕ ਆ ਫੀਸ ਜਿੰਨਾਂ ਦੀ ਕੰਪਲੀਟ ਨਹੀਂ ਹੋਈ ਤਾਂ ਉਹ ਆਪਣੀ ਫੀਸ ਭਰ ਸਕਦੇ ਆ ਉਹਨਾਂ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਅੱਜ ਤੋਂ ਸ਼ੁਰੂ ਹੈ ਕੱਲ 7 ਤਰੀਕ ਤੋਂ ਰਾਤੀ 11 ਵਜੇ ਤੱਕ ਜਿਹੜਾ ਕੀ ਹੋਊਗਾ ਇਹ ਤੁਹਾਨੂੰ ਸਮਾਂ ਦਿੱਤਾ ਗਿਆ ਠੀਕ ਆ ਵੀ ਸੋ ਕੇਵਲ ਜਿੰਨਾ ਵਿਦਿਆਰਥੀ ਦੀ ਫੀਸ ਰਹਿੰਦੀ ਆ ਉਹੋ ਹੀ ਭਰ ਸਕਦੇ ਆ ਹੁਣ ਵੀ ਗੱਲ ਕਰ ਲੈਣੇ ਆ ਜਿਹੜੇ ਆਪਣੇ ਕੋਰਸ ਚੱਲ ਰਹੇ ਆ ਜਿੰਨੇ ਵੀ ਆਪਣੇ ਕੋਰਸ ਚੱਲ ਰਹੇ ਆ ਵੀ ਠੀਕ ਹੈ ਸੋ ਆਪਾਂ ਆਪਾਂ ਪੀਐਸਟੈਟ ਦਾ ਜਿਹੜਾ ਫੁੱਲ ਐਸਐਸਟੀ ਵਾਲੇ ਕੋਰਸ ਦੀ ਗੱਲ ਕਰ ਰਹੇ ਨੇ ਵੀ ਐਸਐਸਟੀ ਵਾਲਾ ਫੁੱਲ ਕੋਰਸ ਗੱਲ ਕਰ ਲੈਣੇ ਆ ਤੁਹਾਡੇ ਸਾਹਮਣੇ ਆ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਵੀ 50% ਕਿੰਨਾ ਵੀ 50% ਡਿਸਕਾਊਂਟ ਮਿਲ ਰਿਹਾ ਠੀਕ ਹੈ ਸੌਰੀ 50% ਦਾ ਪਹਿਲਾਂ ਸੀ 30% ਮਿਲਿਆ ਮਾਫੀ ਚਾਹੁੰਦੇ ਆ ਅ 30% ਡਿਸਕਾਊਂਟ ਤੁਹਾਨੂੰ ਮਿਲ ਰਿਹਾ 30% ਠੀਕ ਹੈ 50% ਆਪਾਂ ਦਿਵਾਲੀ ਆਫਰ ਤੇ ਦਿੱਤਾ ਸੀ ਇੱਕ ਵਾਰੀ ਥੋੜਾ ਜਿਹਾ ਇੱਥੇ ਇੰਟਰਨੈਟ ਬਟਕ ਦੀ ਪ੍ਰੋਮ ਲਾ ਇੱਕ ਵਾਰੀ ਵੀ ਓਪਨ ਕਰ ਲਈਏ ਇੱਕ ਵਾਰੀ ਓਪਨ ਕਰ ਲਈਏ ਇੱਕ ਵਾਰੀ ਓਪਨ ਕਰ ਲਈਏ ਆ ਦੇਖੋ ਵੀ ਇਹ ਕੋਰਸ ਆ ਤੁਹਾਡੇ ਸਾਹਮਣੇ ਜਿਹੜਾ 2575 ਰੁਪਏ ਦਾ ਕੋਰਸ ਆ ਠੀਕ ਹੈ ਇਸ ਦੇ ਵਿੱਚ ਤੁਹਾਨੂੰ ਸਭ ਕੁਝ ਵੀਡੀਓ ਕੰਟੈਂਟ ਵੀਡੀਓ ਲੈਕਚਰ ਥਿਉਰੀ ਨੋਟਸ ਪੀਡੀਐਫ ਨੋਟਸ ਐਮਸੀਕਿਊ ਨੋਟਸ PSV ਲੈਵਲ ਐਨਸੀਆਰਟੀ ਬੇਸ ਸਭ ਕੁਝ ਕੰਪਲੀਟ ਮਿਲੂਗਾ ਵੀ ਬਹੁਤ ਟਾਪ ਦਾ ਕੋਰਸ ਹੈ ਤੇ ਇਸ ਕੋਰਸ ਰਾਹੀਂ ਤੁਸੀਂ ਆਪਣੀ 15 ਦਿਨਾਂ ਵਿੱਚ ਵੀ ਤਿਆਰੀ ਬੈਸਟ ਤਰੀਕੇ ਨਾਲ ਕਰਕੇ ਇਗਜ਼ਾਮ ਨੂੰ ਪਹਿਲੀ ਵਾਰ ਚ ਕਰੈਕ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਪਹਿਲਾਂ ਤਾਂ ਤੁਸੀਂ ਵੀ ਆ ਸਟੂਡੈਂਟ ਦੇਖ ਲਓ ਬਹੁਤ ਸਾਰੇ ਮੈਂ ਤੁਹਾਨੂੰ ਦਿਖਾ ਮੈਂ ਤੇ ਉਹ ਫਵਾਦ ਚ ਦੱਸ ਦੇ ਕੂਪਨ ਪਹਿਲਾਂ ਵੀ ਆ ਸਟੂਡੈਂਟ ਦੇਖ ਲਓ ਆ ਰਿਵਿਊ ਦੇਖ ਲਓ ਤੁਹਾਡੇ ਸਾਹਮਣੇ ਇਹ ਚਾਰ ਤਰ੍ਹਾਂ ਦੇ ਕੋਰਸ ਹੈ ਸਾਰੇ ਕੋਰਸ ਵੀ ਇਸ ਐਪ ਦੇ ਉੱਪਰ ਮਿਲਦੇ ਆ ਮੈਂ ਕੂਪਨ ਯੂਜ਼ ਕਰਨਾ ਦੱਸੂਗਾ ਕਿਵੇਂ ਕਰਨਾ ਐਪ ਦੇ ਉੱਪਰ ਮਿਲਦੇ ਆ ਵੀ ਇਹ ਕੋਰਸ ਐਪ ਨੂੰ ਤੁਸੀਂ ਪਲੇ ਸਟੋਰ ਤੇ ਆ ਕੇ ਡਾਊਨਲੋਡ ਕਰ ਸਕ ਨੇ ਵੀ ਦੇਖੋ 93 ਮਾਰਕਸ ਠੀਕ ਹੈ 106 ਮਾਰਕਸ 96 ਮਾਰਕਸ ਵੀ 99 ਮਾਰਕਸ ਠੀਕ ਹੈ ਇਹ 85 ਮਾਰਕਸ ਵਾਲੇ ਆ 97 ਮਾਰਕਸ ਵੀ ਇਕ ਕੁਆਲੀਫਾਈਡ ਹੈਗੇ 85 ਮਾਰਕਸ ਵੀ 85 ਮਾਰਕਸ ਹੈ ਠੀਕ ਉਸ ਤੋਂ ਇਹ ਕੁਆਲੀਫਾਈਡ ਹੈਗੇ ਇਹਨੇ ਨੰਬਰ ਸ਼ੋ ਨਹੀਂ ਹੈਗੇ ਬਹੁਤ ਸਾਰੇ ਦੇ ਤੇ 88 ਮਾਰਕਸ ਹੈ 91 ਮਾਰਕਸ ਹੈ ਵੀ ਠੀਕ ਹੈ ਕੁਆਲੀਫਾਈਡ ਨੰਬਰ ਸ਼ੋ ਨਹੀਂ 90 ਮਾਰਕਸ ਵੀ ਠੀਕ ਹੈ ਇਹ ਵੀ ਗਗਨਦੀਪ ਕੋਰ ਪਾਸ ਹੈ 99 ਮਾਰਕਸ ਹੈ ਵੀ ਠੀਕ ਹੈ 97 ਮਾਰਕਸ ਹੈ ਠੀਕ ਹੈ 100 ਐਸ ਸੀ ਠੀਕ ਹੈ ਇਹ ਪਿਛਲੇ ਨੇ 2023 ਦਾ ਜਿਹੜਾ ਪੇਪਰ ਹੋਇਆ ਸੀ 30 April ਨੂੰ ਹੋਇਆ ਸੀ ਉਹ ਉਹ ਸਟੂਡੈਂਟ ਨੇ ਇਹ ਵੀ ਜਿਨ੍ਹਾਂ ਨੇ ਕਲੀਅਰ ਕੀਤਾ ਆਪਣੇ ਚੈਨਲ ਨਾਲ ਜੁੜ ਕੇ ਠੀਕ ਹੈ ਆਪਣੇ ਚੈਨਲ ਨਾਲ ਜੁੜ ਕੇ ਜਿਨ੍ਹਾਂ ਨੇ ਕਲੀਅਰ ਕੀਤਾ ਪਹਿਲੀ ਵਾਰ ਚ ਹੀ ਕਲੀਅਰ ਕੀਤਾ ਤੇ ਠੀਕ ਹੈ ਕੈਟਾਗਰੀ ਇਹਨਾਂ ਦੀ ਕਿਹੜੀ ਸੀ ਕੈਟਾਗਰੀ ਸੀ ਸ਼ਾਇਦ ਨਹੀਂ ਲਿਖੀ ਹਾਂ 95 ਮਾਰਕਸ ਠੀਕ ਹੈ ਤੁਸੀਂ ਦੇਖ ਸਕਦੇ ਹੋ ਆ ਦੇਖੋ 88 ਮਾਰਕਸ ਐਸੀ ਕੈਟਾਗਰੀ ਹੈ ਨਾ ਤਾਂ ਆ ਦੇਖੋ 104 ਮਾਰਕਸ ਵੀ ਠੀਕ ਹੈ ਇਹਨਾਂ ਦੇ ਦੋਨੇ ਪੇਪਰ ਕਲੀਅਰ ਸੀ ਉਸ ਤੋਂ ਬਾਅਦ ਇਹ ਦੇਖੋ ਵੀ ਤੁਹਾਡੇ ਸਾਹਮਣੇ 95 ਮਾਰਕਸ ਠੀਕ ਹੈ ਇਹਨਾਂ ਨੇ ਸੀਟੈਟ ਕਲੀਅਰ ਹੋਇਆ ਵੀ ਠੀਕ ਹੈ ਪੇਪਰ 1 ਚ ਤੇ ਇਹਨਾਂ ਦੇ ਦੋਨੇ ਪੇਪਰ ਕਲੀਅਰ ਹੈ ਪੇਪਰ 1 ਤੇ ਪੇਪਰ 2 ਠੀਕ ਹੈ ਉਸ ਤੋਂ ਬਾਅਦ ਇਹ ਸਟੂਡੈਂਟਾ ਵੀ ਇਹਨਾਂ ਦਾ ਸੀਟੈਟ ਕਲੀਅਰ ਹੋਇਆ ਠੀਕ ਹੈ ਉਸ ਤੋਂ ਬਾਅਦ ਇਹਨਾਂ ਦਾ ਵੀ ਸ਼ਾਇਦ ਮੈਂ ਹੁਣ ਕੰਪਲੀਟ ਨਹੀਂ ਇਹਨਾਂ ਦੀ ਜਾਣਕਾਰੀ ਮੇਰੇ ਕੋਲੇ ਅਲ ਏਬੀ ای ٹی ٹی ਪਹਿਲਾਂ ਇਹਨਾਂ ਨੇ ਪੇਪਰ ਪਾਸ ਕੀਤਾ ਸੀ ਪੀਐਸਟ ਤੋਂ ਉਹਦੇ ای ٹی ٹی ਸਿਲੇਕਟਡ ਹੋ ਗਏ ਸੋ ਬਹੁਤ ਸਾਰੀ ਜਾਣਕਾਰੀ ਹੈ ਵੀ ਇਹ ਜਾਣਕਾਰੀ ਤੇ ਨਾ ਪੈਂਦੇ ਹੋਏ ਆਪਾਂ ਚੱਲਦੇ ਆ ਤੁਹਾਡੇ ਸਾਹਮਣੇ ਇਹ ਜਾਣਕਾਰੀ ਪਹਿਲਾਂ ਹੀ ਦੱਸੀ ਹੈ ਤੇ ਆਪਾਂ ਚੱਲਦੇ ਆ ਵੀ ਸਿੱਧਾ ਕੋਰਸ ਦੇ ਉੱਪਰ ਕੋਰਸ ਦੇ ਤੁਸੀਂ ਕੂਪਨ ਕਿਵੇਂ ਯੂਜ਼ ਕਰਨੇ ਹੋਈ ਦੱਸਰੇ ਸੀ ਦੇਖੋ ਵੀ ਇੱਥੇ ਫੀਸ ਤੁਹਾਨੂੰ ਦਿਖਾ ਰਿਹਾ ਸੀ 2575 ਰੁਪਏ ਇਹਨੂੰ ਛੱਡ ਦਿਓ ਇੱਥੇ 뷰 ਕੂਪਨ ਕਰੋ ਇੱਥੇ 뷰 ਕੂਪਨ ਨਹੀਂ ਆ ਰਿਹਾ ਵੀ हां ਇੱਥੇ ਸ਼ਾਇਦ ਐਪ ਦੇ ਵਿੱਚ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਨੇ ਆਲਰੇਡੀ 쿠ਪਨ ਯੂਜ਼ ਕੀਤਾ ਹੋਇਆ ਕਿਉਂਕਿ ਇਹ ਕਿਸ ਕੈਂਡੀਡੇਟ ਦਾ ਪੋਰਟਰ ਖੋਲਿਆ ਗਿਆ ਇਹਦੇ ਵਿੱਚ ਕੀ ਆ ਇਸ ਪੋਰਟੋ ਦੇ ਵਿੱਚ ਨਾ ਦੇਖੋ ਇਹਨਾਂ ਨੇ ਆਲਰੇਡੀ ਨਾ ਕੋਰਸ ਲੈ ਰੱਖਿਆ ਵੀ ਇਹ ਇੱਕ 쿠ਪਨ ਨੂੰ ਯੂਜ਼ ਕਰਨ ਦੀ ਇੱਕ ਵਾਰ ਲਿਮਟ ਹੁੰਦੀ ਆ ਦੂਜੀ ਵਾਰ 쿠ਪਨ ਨਹੀਂ ਯੂਜ਼ ਕਰੂਗਾ ਆ ਦੇਖੋ ਵੀ ਇਹਨਾਂ ਦਾ ਕੋਰਸ ਪਰਚੇਜ਼ਡ ਹੈ ਵੀ ਕਹਿੰਦੇ ਯੂ ਆਰ ਪਰਚੇਜ਼ਡ ਕੋਰਸ 1 ਠੀਕ ਹੈ ਇੱਕ ਕੋਰਸ ਹੀ ਲਈ ਬੈਠੇ ਨੇ ਆ ਤੁਹਾਡੇ ਸਾਹਮਣੇ 21 쿠ਪਨ ਇੱਕ ਵਾਰੀ ਯੂਜ਼ ਕਰਨ ਦੀ ਲਿਮਟ ਮਿਲਦੀ ਆ ਦੋ ਵਾਰੀ ਨਹੀਂ ਮਿਲਦੀ ਠੀਕ ਹੈ ਤੇ ਇਹਨਾਂ ਨੇ ਆਲਰੇਡੀ 쿠ਪਨ ਯੂਜ਼ ਕਰ ਲਿਆ ਇਹਨਾਂ ਦੇ ਕੋਲ 쿠 ਪਰ ਫਿਰ ਵੀ ਕਿਸੇ ਨੂੰ ਕੂਪਨ ਯੂਜ਼ ਕਰਨ ਚ ਪ੍ਰੋਬਲਮ ਆਉਂਦੀ ਹੈ ਤਾਂ WhatsApp ਤੇ ਮੈਸੇਜ ਕਰ ਸਕਦੇ ਹੋ ਤੁਸੀਂ ਖੁਦ ਜਾ ਕੇ ਆਪ ਜਦੋਂ ਐਪ 'ਚ ਆਉਂਗੇ ਤੁਹਾਨੂੰ ਉੱਥੇ ਕੂਪਨ ਦਿਖਾਈ ਦੇਗਾ ਕੂਪਨ ਤੇ ਕਲਿੱਕ ਕਰੋਗੇ ਤਾਂ ਕੂਪਨ ਕੀ ਹੋ ਜਾਊਗਾ ਵੀ ਅਪਲਾਈ ਹੋ ਜਾਊਗਾ ਕੂਪਨ ਤੇ ਕਲਿੱਕ ਕਰੋਗੇ ਤਾਂ ਅਪਲਾਈ ਹੋ ਜਾਊਗਾ ਠੀਕ ਹੈ ਵੀ ਸੋ ਫਿਰ ਵੀ ਕੋਈ ਤੁਹਾਨੂੰ ਜਿਹੜੀ ਸਮਝ ਨਾ ਲੱਗੇ ਕੋਰਸ ਬਾਰੇ ਠੀਕ ਹੈ ਜਾਂ ਕੂਪਨ ਕਿੱਦਾਂ ਯੂਜ਼ ਕਰਨਾ ਹੈ ਜਾਂ ਕੂਪਰ 'ਚ ਕੁਝ ਦਿਖਾਈ ਨਾ ਦੇਵੇ ਫਿਰ ਤੁਸੀਂ ਕੀ ਕਰਨਾ ਵੀ ਤੁਸੀਂ ਕੀ ਕਰਨਾ ਆਪਣਾ ਨੰਬਰ ਹੋਊਗਾ 987 98787 57 987873157 ਇਸ ਤੇ ਮੈਸੇਜ ਕਰ ਲੈਣਾ ਕਾਲ ਕਰ ਲੈਣੀ ਹੈ ਪੇਮੈਂਟ ਚ ਕੋਈ ਤੁਹਾਨੂੰ ਗੜਬੜ ਲੱਗ ਰਹੀ ਹੈ ਪੇਮੈਂਟ ਉਥੇ ਘਟ ਨਹੀਂ ਹੁੰਦੀ ਠੀਕ ਹੈ ਮੈਨੂੰ ਪੇਮੈਂਟ ਦਾ ਤੁਹਾਨੂੰ ਬੇਨਫਿਟ ਨਹੀਂ ਮਿਲਿਆ ਕੂਪਨ ਦਾ ਤਾਂ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਤਾਂ ਡਾਇਰੈਕਟ ਪੇਮੈਂਟ ਕਰਕੇ ਵੀ ਤੁਸੀਂ ਕੋਰਸ ਨੂੰ ਓਪਨ ਕਰਾ ਸਕਦੇ ਹੋ ਨਾਮ ਲਿਖੋ ਵੀ ਪੇਪਰ 1 ਪੇਪਰ 2 ਹੈ ਡਿਸਟ੍ਰਿਕਟ ਕਿਹੜਾ ਹੈ ਫ੍ਰੀ WhatsApp ਗਰੁੱਪ ਨਾਲ ਜੁੜਨ ਵਾਸਤੇ ਠੀਕ ਹੈ ਵੀ ਤੁਸੀਂ ਕੱਲਾ CDP ਦਾ ਕੋਰਸ ਲੈਣਾ ਦੇਖੋ ਚਾਰ ਤਰ੍ਹਾਂ ਦੇ ਕੋਰਸ ਹੈ ਹਰੇਕ ਤੇ 30% ਆਫ ਹੈ ਵੀ 599 ਵਾਲਾ ਪਹਿਲਾ ਕੋਰਸ ਤੁਹਾਡੇ ਸਾਹਮਣੇ ਹੈਗਾ ਵੀ ਇਹ ਤੇ ਵੀ 3 ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਕੋਰਸ ਆ ਗਿਆ ਵੀ ਇਹ 1199 ਵਾਲਾ ਇਹਦੇ ਵੀ 30% ਆਫ ਹੈ 699 ਤੇ ਵੀ 30% ਇੱਥੇ ਵੀ 30 ਹੁਣ ਤੁਸੀਂ ਇਹਦੇ ਦੇਖੋ 750 ਰੁਪਏ ਤੁਹਾਨੂੰ ਡਿਸਕਾਊਂਟ ਮਿਲ ਜੂਗਾ ਵੀ 30% ਆਫ ਦੇ ਹਿਸਾਬ ਨਾਲ ਹਨਾ 2499 ਦਾ ਜਿਹੜਾ ਕੋਰਸ ਹੈ ਤੇ ਜਿੱਥੇ ਤੁਹਾਨੂੰ ਬੈਸਟ ਤਰੀਕੇ ਨਾਲ ਸਾਰੇ ਸਬਜੈਕਟ ਕੰਪਲੀਟ ਮਿਲਣਗੇ ਐਸਐਸਟੀ ਹਿੰਦੀ ਹੈ ਤੁਹਾਡਾ ਐਸਐਸਟੀ ਪੰਜਾਬੀ ਐਸਐਸਟੀ ਇੰਗਲਿਸ਼ ਆ ਸਾਰੇ ਵਾਸਤੇ ਟਾਪ ਦਾ ਕੋਰਸ ਆ ਵੀ ਸੋ ਇਹ ਕੋਰਸ ਤੁਸੀਂ ਬਾਏ ਕਰ ਸਕਦੇ ਹੋ ਹੁਣੇ ਹੀ ਜਾ ਕੇ ਤੇ ਜਿਹੜੀ ਤੁਹਾਨੂੰ ਦਸੀਏ ਇਨਫੋਰਮੇਸ਼ਨ ਵੀ 7 ਤਰੀਕ ਤੱਕ ਜਿਹੜਾ ਤੁਹਾਡਾ ਕੀ ਆ ਵਧਾਇਆ ਗਿਆ ਕੀ ਨੂੰ ਵਧਾਇਆ ਗਿਆ ਵੀ ਜਿਹੜੀ ਫੀਸ ਜਿਹਨਾਂ ਦੀ ਕੰਪਲੀਟ ਨਹੀਂ ਹੋਈ ਸੀ ਠੀਕ ਆ ਤੇ ਇਸ ਐਪ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਕੋਰਸ ਤੇ ਐਪ ਨੂੰ ਡਾਊਨਲੋਡ ਕਰਨਾ ਬਿਲਕੁਲ ਫ੍ਰੀ ਆ ਐਪ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਵੀ ਦਿੱਤਾ ਗਿਆ ਜਾਂ ਤੁਸੀਂ ਕੀ ਕਰ ਸਕਦੇ ਹੋ ਵੀ ਪਲੇ ਸਟੋਰ 'ਤੇ ਜਾ ਕੇ ਉੱਥੇ ਸਰਚ ਮਾਰੋ MSW study ਤਾਂ ਉੱਥੇ ਕੀ ਆ ਐਪ ਤੁਹਾਡੇ ਸਾਹਮਣੇ ਆ ਜਾਏਗਾ ਸੋ ਇਨਫੋਰਮੇਸ਼ਨ ਸੀ ਇਸ ਤਰ੍ਹਾਂ ਜਿੰਨਾ ਟਾਈਮ ਪੀਐਸਟੈਟ ਇੱਕ ਦਿਨ ਤੱਕ ਨਹੀਂ ਹੁੰਦਾ ਬਹੁਤ ਸਾਰੀਆਂ ਜਾਣਕਾਰੀਆਂ ਉਸ ਨੂੰ ਪੀਐਸਟੈਟ ਸੰਬੰਧੀ ਐਗਜ਼ਾਮ ਸੰਬੰਧੀ ਪੇਪਰ ਦੀ ਸਟ੍ਰੈਟਜੀ ਕਿਵੇਂ ਹੈ ਹਨਾ ਕਿਦਾਂ ਪੇਪਰ ਕੁਆਲੀਫਾਈ ਕਰਨਾ ਤਾਂ ਕੋਈ ਨਵੀਂ ਚੇਂਜ ਆਉਂਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਅਪਡੇਟ ਆਉਂਦਾ ਹੈ ਤਾਂ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੂਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਕੰਗ ਦਾ ਬਟਨ ਦਬਲੋ ਮਿਲਾਂਗੇ ਨੈਕਸਟ ਕਿਸੇ ਹੋਰ ਜਾਣਕਾਰੀ ਤੱਕ ਲਈ ਸასი ਕਾਲ ਧੰਨਵਾਦ